بسم اللہ الرحمن الرحیم السلام علیکم کی حال چال ہے ਤੁਹਾਡਾ ਸਾਰਿਆਂ ਦਾ ਉਮੀਦ ਕਰਨੀ ਹੈ ਤੁਸੀਂ ਬਿਲਕੁਲ ਠੀਕ ਠਾਕ ਚੰਗੇ ਹੋਦੇ ਜੀ ਤੇ ਤੁਹਾਡੀ ਬੈਨ ਵੀ ਬਿਲਕੁਲ ਠੀਕ ਹੈ ਅੱਲਾਹ ਤਾਲਾ ਦਾ ਬਹੁਤ ਸ਼ੁਕਰ ਹੈ ਅੱਲਾਹ ਤਾਲਾ ਕੋ ਦੁਆਏ ਕਿ ਅੱਲਾਹ ਤਾਲਾ ਹਰ ਇੱਕ ਨੂੰ ਆਪਣੇ ਹਿਫਜ਼ਮਾਨ ਚ ਰਹੇ ਤੇ ਬਸ ਜੀ ਵੇਖ ਲਓ ਸਵੇਰ ਸਵੇਰ ਇਸ ਟਾਈਮ ਜਿਹੜਾ ਮਤਲਬ ਵਕਤ ਹੋਇਆ ਹੈ ਹਨ ਵਕਤ ਹੋਇਆ ਜੀ 3 ਵਜੇ ਦਾ ਤੇ ਅਸੀਂ ਉੱਠੇ ਆ ਉੱਠ ਕੇ ਤੇ ਤਿਆਰ ਸ਼ਾਹ ਹੋਏ ਆ ਪੈਕਿੰਗ ਚੈਕਿੰਗ ਤੇ ਅਸੀਂ ਰਾਤੋਂ ਰਾਤ ਹੀ ਮੁਕਾ ਲਈ ਉਹਦਾ ਵਲੌਗ ਨਹੀਂ ਬਣਾਇਆ ਕਿਉਂਕਿ ਤੁਹਾਨੂੰ ਪਤਾ ਹੈ ਫਿਰ ਤੁਹਾਡੀ ਪੈਨ ਜਿਹੜੀ ਥੋੜਾ ਸਟ੍ਰੈਸਡ ਹੋ ਗਈ ਕਿਉਂਕਿ ਬੱਚੇ ਤੋਂ ਖਤੰਗ ਕਰਦੇ ਪਏ ਉਹ ਨਾ ਤੇ ਕਰਨ ਦਿੰਦੇ ਪਏ ਤੇ ਫਟੋਫਟ ਜਿਹੜਾ ਕੰਮ ਮੁਕਾਇਆ ਤੇ ਉੱਠ ਕੇ ਤੇ ਉਹਨਾਂ ਦੇਖ ਲੋ ਤਿਆਰ ਹਨ ਉਹਨਾਂ ਨੇ ਕੀਤਾ ਤੇ ਨਾਲ ਹੀ ਮੈਂ ਜਾਂਦਿਆਂ ਜਾਂਦਿਆਂ ਤੁਹਾਨੂੰ ਉਹਨਾਂ ਨੂੰ ਇੱਕ ਵਾਰ ਪਿੱਛੇ ਆਦਨ ਹੋਟਲ ਦੇ ਪਿੱਛੇ ਵਾਲਾ ਵੀਊ ਵਖਾਸਣਾ ਤੇ ਤੁਸੀਂ ਵੀ ਟਾਟਾ ਬਾਏ ਬਾਏ ਕਰ ਲੋ ਤੇ ਮੈਂ ਵੀ ਨਾ ਟਾਟਾ ਬਾਏ ਬਾਏ ਕਰ ਲਾਂ ਤੇ ਅੱਜ ਦਾ ਵਲੌਗ ਛੋਟਾ ਜਿਹਾ ਹੀ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਹੈ ਵੀ ਅਸੀਂ ਵਾਪਸ ਟੂ ਚਲੇ ਆਂ ਵਾਪਸ ਆਪਣੇ ਸਰਦੀ ਵਾਲੇ ਮੁਲਕ ਚ ਤੇ ਆਪਣੇ ਸ਼ਹਿਰ ਬਰਗੰਚ ਤੇ ਬਸ ਐ ਟੈਕਸੀ ਅਸੀਂ ਕਰਾ ਲਈ ਜੇ ਵੱਡੀ ਵੀ ਅਸੀਂ ਰਾਮ ਸਕੂਨਾਂ ਟੁੱਟ ਜੀਏ ਕਿਉਂਕਿ ਸਮਾਨ ਸਾਢੇ 3 ਵੱਡੇ ਬਕਸੇ ਹੈ ਜੋ ਜਿਹੜਾ ਨਾ ਸਾਨੂੰ ਇਹ ਆ ਵਿਕਰੇ ਛੋਟਾ ਨਾ ਹੋ ਜਾਏ ਕੰਮ ਤੇ ਫਿਰ ਬਸ ਐ ਪੁੱਛਾ ਜੋ ਅਸੀਂ 에어ਪੋਰਟ ਤੇ 에어ਪੋਰਟ ਤੇ ਮੈਂ ਤੁਹਾਡੇ ਨਾਲ ਥੋੜਾ ਬਹੁਤ ਜਿਹੜਾ ਹੋਇਆ ਮੇਰੇ ਕੋਲੋਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਦੀ ਐ ਤੇ ਫਿਲਹਾਲ ਅਸੀਂ ਬੈਗ ਚੈੱਕ ਬੁੱਕ ਕਰਾਏ ਨੇ ਤੇ ਬਸ ਹੁਣ ਜਾਣੇ ਪਿਆ ਜੀ ਚੈਕਿੰਗ ਆਉਟ ਉਥੇ ਤੁਹਾਨੂੰ ਪਤਾ ਜਿੱਥੇ ਜਾਈਏ ਨਾ ਚੈਕਿੰਗ ਸ਼ੈਕਿੰਗ ਹੁੰਦੀ ਹੈ ਉਥੇ ਕੈਮਰਾ ਜਿਹੜਾ ਨਾ ਔਨ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹੈ ਵੀ ਨਹੀਂ ਤੁਹਾਨੂੰ ਮਤਲਬ ਉਹ ਫਿਰ ਆ ਕੇ ਤੇ ਤੁਹਾਨੂੰ ਫੜ ਲੈਣਦੇ ਜੀ ਤੁਸੀਂ ਇੱਥੇ ਕੈਮਰਾ ਨਹੀਂ ਔਨ ਕਰਨਾ ਤੇ ਮੈਂ ਅਜ ਤੱਕ ਦੇ ਨਹੀਂ ਕੀਤਾ ਵੀ ਕਿਉਂਕਿ ਉਥੇ ਉਹਨਾਂ ਨੇ ਵਾਜ਼ੇ ਅਲਫਾਜ਼ ਜਿ ਲਿਖਿਆ ਹੁੰਦਾ ਮੇਂ ਮੋਬਾਈਲ ਨਹੀਂ ਖੋਲਣਾ ਜ਼ਾਇਰ ਕੋਈ ਚੀਜ਼ਾਂ ਹੁੰਦੀਆਂ ਨੇ ਜਿੱਥੇ ਨਹੀਂ ਖੋਲਣਾ ਹੁੰਦਾ ਤੇ ਫਿਰ ਬਸ ਉਥੋਂ ਮੈਂ ਚੁੱਪਚਾਪਾਂ ਮੋਬਾਈਲ ਜੇਬ ਵਿੱਚ ਉਂਜੀ ਤੁਹਾਨੂੰ ਬਤਾਉਣਾ ਨੇ ਮੋਬਾਈਲ ਉੱਤੇ ਚੈਕਿੰਗ ਵਾਸਤੇ ਡੱਬੇ ਅੰਝ ਰੱਖ ਲੈਂਦੇ ਨੇ ਵੀ ਚੈੱਕ ਉਹ ਕਿੰਦਰ ਜਾਣਾ ਹੁੰਦਾ ਸਾਰਾ ਕੋਈ ਤੇ ਵੇਖ ਲਓ ਜਿਉਂ ਨਸੀ ਆਕੇ ਜੇ ਟੈਕਸ ਫਰੀ ਚ ਟੈਕਸ ਫਰੀ ਦੀ ਵੱਡੀ ਦੁਕਾਨ ਤੇ ਇੱਥੇ ਬਸ ਦੇਖਦੇ ਵੀ ਤੋ ਜਿਆਦਾ ਸਾਨੂੰ ਚਾਹੀਦਾ ਪਾਣੀ ਸ਼ਾਣੀ ਲੈਣਾ ਆ ਪਤਾ ਜਿਸਲੇ ਕਿਆ ਦੇਨੇ ਚੈਕਿੰਗ ਚੁਲੰਗੀ ਤੇ ਪਾਣੀ ਸ਼ਾਣੀ ਵੀ ਨਹੀਂ ਲੈ ਕੇ ਜਾ ਸਕਦੇ ਸਿਰਫ ਬੱਚਿਆਂ ਦੀਆਂ ਚੀਜ਼ਾਂ ਤੁਸੀਂ ਛੋਟੀਆਂ ਮੋਟੀਆਂ ਲੈ ਲਓ ਤੇ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨਾਲ ਹੈਵ ਕੁਇਜਨਾ ਪੀਣੇ ਵਾਸਤੇ ਜਾਂ ਖਾਣੇ ਵਾਸਤੇ ਅਸੀਂ ਲੈ ਲੈਣੇ ਆ ਮਤਲਬ ਪੀਨਾ ਆ ਮੇਰਾ ਦਿਲਿਆ ਕਾਫੀ ਸ਼ਾਫੀ ਲੈ ਲਈ ਤੇ ਮੈਂ ਫਿਰ ਕਾਫੀ ਲਈ ਤੇ ਨਾਲ ਅਸਾਂ ਇੱਕ ਇੱਕ ਨਾ ਕਿ ਆਪਦੇ ਨੇ ਵੈਜੀਟੇਰੀਅਨ ਸੈਂਡਵਿਚ ਲਿਆ ਐਥੋਂ ਕਿਰੋ ਵੀ ਨਾ ਸਾਨੂੰ ਦੂਸਰਾ ਸੈਂਡਵਿਚ ਨਹੀਂ ਲੱਭਾ ਵੀ ਹੁੰਦਾ ਨਾ ਅੰਡੇ ਸੰਡੇ ਵਾਲਾ ਹੀ ਲੱਭ ਜੇ ਅੰਡੇ ਨਾਲ ਉਹਨਾਂ ਨੇ ਕੁਝ ਨਾ ਕੁਝ ਵਿੱਚ ਦੂਸਰੀ ਚੀਜ਼ ਲਾਈ ਜੀ ਤੇ ਫਿਰ ਬਸ ਅਸਾਂ ਜਿਹੜਾ ਨਾ ਕੋ ਨਹੀਂ ਲਿਆ ਤੇ ਮੈਂ ਫਿਰ ਸਾਦਾ ਜਾ ਇੱਕ ਮਤਲਬ ਵੈਜੀਟੇਰੀਅਨ ਸੈਂਡਵਿਚ ਲੈ ਲਿਆ ਤੇ ਕਾਫੀ ਮੈਂ ਲਈ ਤੇ ਮੇਰੇ ਹਸਬੰਦ ਨੇ ਵੀ ਆਪਣੇ ਵਾਸਤੇ ਖਾਣੇ ਵਾਸਤੇ ਲੈ ਲਿਆ ਤੇ ਬਸ ਐ ਇਹ ਐ ਵੇਖ ਲੋ ਜੀ ਬੱਚਿਆਂ ਵਾਸਤੇ ਮੈਂ ਫੀਡਰ ਬਣਾ ਕੇ ਲਾਈ ਇਹ ਉਹਨਾਂ ਨੂੰ ਫੀਡਰ ਦੇਸੜੇ ਦੁੱਧ ਉਹਨਾਂ ਨੇ ਪੀ ਲਿਆ ਤੇ ਬਸ ਹੁਣ ਲਾਈਟਾ ਸ਼ਾਈਟ ਉਹਨਾਂ ਨੇ ਕਸ਼ਰੀਆਂ ਨੂੰ ਬੰਦ ਤੇ ਜਾਜ਼ ਟੁੱਟਣਾ ਸ਼ੁਰੂ ਹੋ ਗਿਆ ਤੇ ਬਸ ਜੀ ਅੱਲਾਹ ਤਾਲਾ ਦੇ ਵਾਲੇ ਅਸੀਂ ਹੁਣ ਟੂਰ ਚੱਲਿਆਂ ਕਾਰ ਇਨਸ਼ਾ ਅੱਲਾ ਜੀ ਹੁਣ ਤੁਹਾਡੇ ਨਾਲ ਲੱਗੂ ਵੰਕਰਨੀ ਆ ਮੇਰੇ ਕਾਰ 'ਚ ਜੋ ਵੀ ਰੁਟੀਨ ਸ਼ਰੀਨ ਹੋਵੇ ਦੀ ਤੁਹਾਡੇ ਨਾਲ ਸ਼ੇਅਰ ਹੋਵੇ ਦੀ ਤੇ ਐ ਵੇਖ ਲੋ ਕੱਲ ਮੈਂ ਤੁਹਾਨੂੰ ਦੁਕਾਨ ਦੀ ਵੀ ਸਨਸੈਟ ਮਤਲਬ ਸੂਰਜ ਗਰੂਪ ਹੁੰਦਾ ਤੇ ਅੱਜ ਮੈਂ ਤੁਹਾਨੂੰ ਸੂਰਜ ਤਿਲੂ ਹੁੰਦਾ ਵੀ ਦਿਖਾ ਸਕਣੀ ਆ ਜ ਚੜ ਗਿਆ ਜੇ ਦਿਨ ਇਸ ਟਾਈਮ ਹੋ ਗਿਆ तकरीबन 7:30 ਵਜੇ ਦਾ ਟਾਈਮ ਹੈ ਜੇ 7:30 8:00 ਵਜੇ ਦਾ ਸੋਰੀ ਬਨ ਯਾਦ ਨਹੀਂ ਸਹੀ ਕਨਫਰਮ ਲੇਕਿਨ ਇਹ ਉਹ ਦੇਖ ਲੋ ਪੂਰੀ ਸੁਬਾਹ ਹੋ ਗਈ ਹੈ ਤੇ ਬੱਦਲ ਕਿੰਨੇ ਮਤਲਬ ਜਹਾਜ਼ ਬੱਦਲਾਂ ਦੇ ਉੱਤੇ ਆ ਗਏ ਆ ਤੇ ਮੈਂ ਹਾਂ ਚਲੋ ਤੁਹਾਨੂੰ ਇਹ ਵੀ ਵਿਊ ਹਾਨੀਆਂ ਤੇ ਉਨਾਂ ਸੀਗੇ ਜੇ ਪੁੱਜ ਆ ਗਏ ਆ ਅਸੀਂ ਫੇਰ ਉਸੇ ਠੰਡ ਵਿੱਚ ਜਿੱਥੋਂ ਅਸੀਂ ਗਏ ਤੇ ਦੇਖਨੇ ਆ ਜੀ ਅੱਜ ਕਿੰਦਾ ਵੈਦਰ ਹੈ ਬਰਗਨ ਚ ਤੇ ਤੁਹਾਨੂੰ ਵੀ ਵਖਾਨੀਆਂ ਇਨਸ਼ਾਅੱਲਾ ਤੇ ਵੇਖ ਲੋ ਇਥੋਂ ਬਸ ਆ ਨਿਕਲ ਨਾ ਆ ਤੇ ਇਹ ਜਿਹੜਾ ਮੂੜਾ ਐਡਾ ਤਪਾਂਦਾ ਜਿੱਥੇ ਰ ਨੀਨ ਦਿਲ ਕਰਦਾ ਟੁੱਟਨੇ ਦਾ ਐਨੀਆਂ ਦਾ ਵੀ ਮਨ ਚੁਕ ਲੋ ਉਥੇ ਬਹਿ ਰੰਦਾ ਨਾ ਟੁੱਟਦਾ ਤੇ ਨਾਂ ਦਾ ਨਾਮ ਹੈ ਖੇਡਾਂ ਦਾ ਤੇ ਨਾਂ ਖੇਡਣ ਦਾ ਦਾ ਤੇ ਬਸ ਐ ਹੀ ਦਾ ਸਾਬਤ ਹੈ ਉਹਨਾਂ ਸੀ ਅੱਗੇ ਜੇ ਬੈਗਾਂ ਆਲ ਬੈਕਸ਼ੈਕ ਲਾਉਂਦੇ ਅੱਜ ਮੈਂ ਵੀਡੀਓ ਲੰਬੀ ਨਹੀਂ ਬਣਾਈ ਛੋਟੀ ਜੀ ਬਣਾਈ ਕਿਉਂਕਿ ਮੈਂ ਦਿਲਿਆ ਵੀ ਤੁਹਾਨੂੰ ਮੈਂ ਛੋਟੀ ਮੋਟੀ ਜੜ ਵੀ ਅੱਜ ਦੇ ਦਿਨ ਜ ਕੀਤਾ ਜ਼ਿਆਦਾ ਪਤਾ ਕਾਰ ਥਕਾਵਟ ਬਹੁਤ ਜ਼ਿਆਦਾ ਹੋ ਗਈ ਤੇ ਕਾਰ ਜਾ ਕੇ ਮੇਰੇ ਕੋਲ ਵੀਡੀਓ ਨਹੀਂ ਬਣੀ ਲੇਕਿਨ ਫਿਰ ਵੀ ਮੈਂ ਜੋ ਕੁ ਮੇਰੇ ਕੋਲ ਹੋਇਆ ਮੈਂ ਜ਼ਰੂਰ ਬਣਾ ਕੇ ਤੁਹਾਨੂੰ ਦਸਤਿਰੀਆਂ ਤੇ ਉਹਨਾਂ ਸੀ ਬਾਹਰ ਨਿਕਲੇ ਆ ਫਿਲ ਵਕਤ ਲੱਗਦਾ ਤਾਂ ਜੀ ਇਹ ਬੜਾ ਅੱਛਾ ਵੈਦਰ ਹੈ ਲੇਕਿਨ ਸਰਦੀ ਬਹੁਤ ਜ਼ਿਆਦਾ ਹੈ ਜੇ ਮਾਈਨਸ ਮਾਈਨਸ 1 ਜਾਂ ਜ਼ੀਰੋ ਜੀ ਫੀਲ ਹੁੰਦਾ ਪਿਆ ਟੈਂਪਰੇਚਰ ਬੋ ਥੰਡੇ ਬੱਚਿਆਂ ਫਟਫਟ ਅਸਾਂ ਗੱਡੀ ਚ ਪਾਣਾ ਮੇਰੀ ਹਸਬੰਦ ਨੇ ਦੋ ਵੇ ਪਹਨਾਈਆਂ ਜਾਂ ਦੋ ਗੱਡੀਆਂ ਲੈ ਕੇ ਆਈਆਂ ਜਾਂ ਤੇ ਅਸਾਂ ਫਿਰ ਬਸ ਕਾਰ ਜਾਣਾ ਤੇ ਦੇਖ ਲਓ ਜੀ ਇਹ ਇਹ ਜੇਰਪੋਰਟ ਤੇ ਹੈ ਹੁਣ ਅਸੀਂ ਜੇ ਪੁੱਜਾਏ ਤਕਰੀਬਨ ਤਕਰੀਬਨ ਕਾਰ ਤੇ ਬਸ ਹੁਣ ਫਿਰ ਕਾਰ ਜਾਂਦੇ ਤੇ ਕਾਰ ਜਾ ਕੇ ਮੈਂ ਬਸ ਛੋਟਾ ਮੋਟਾ ਜਿਹੜੇ ਕੋਈ ਕੰਮ ਹੋਏ ਕਰਨੇ ਨੇ ਨਹੀਂ ਤੇ ਬਸ ਅੱਜ ਤੇ ਫਿਰ ਰੈਸਟ ਤੇ ਗੁਜ਼ਰ ਜਾਣਾ ਤੇ ਬਸ ਤੁਸੀਂ ਅਸਾਂ ਬਸ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਅੱਗੇ ਤੱਕ ਸਬਸਕ੍ਰਾਈਬ ਕਰਿਆ ਕਰੋ ਇਨਸ਼ਾਅੱਲਾ ਤੁਹਾਡੇ ਵਾਸਤੇ ਨਵੀਆਂ-ਨਵੀਆਂ ਮਜ਼ੇ-ਮਜ਼ੇਦੀਆਂ ਵੀਡੀਓਜ਼ ਜ਼ਰੂਰ ਬਣਾਉਂਦੀ ਰਵਾਂਗੀ। ਸਵੇਰ ਤੁਹਾਡੇ ਨਾਲ ਇਨਸ਼ਾਅਅੱਲਾ ਆਪਣੀ ਦੁਬਾਰਾ ਤੋਂ ਰੁਟੀਨ ਸ਼ੇਅਰ ਕਰਨੀ ਸ਼ੁਰੂ ਕਰਾਂਗੀ ਜੋ ਕੋਈ ਇੱਥੇ ਹੁੰਦਾ ਹੈ, ਜੋ ਕੀਤਾ ਤੇ ਬਸ ਦੇਖ ਲਓ ਕਿੰਨਾ ਅੱਛਾ ਸੋਹਣਾ ਵੈਦਰ ਲੱਗਦਾ ਨਾ ਪਿਆ। ਐਂ ਲੱਗਦਾ ਜੀ ਬੜਾ ਸੋਹਣਾ ਮੌਸਮ ਹੋਇਆ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਇੱਕ ਸੀਨ ਦਿਖਾਨੀਆਂ ਨੇ ਤੇ ਜਿੰਨੂੰ ਤੱਕ ਇਹਨਾਂ ਤੇ ਤੁਹਾਡੇ ਵੀ ਮੇਰੇ ਆਰੋ ਸ਼ੂਟ ਜਾਣ ਦੇ ਵੀ ਸਾਡੇ ਨਾਲ ਹੋਇਆ ਕੀ ਹੈ। ਵੀ ਅਸੀਂ ਆਏ ਆ ਐਡੇ ਸੋਨੇ ਤੂਪਾਲੇ ਮੌਸਮ ਚ ਐਡਾ ਮਜ਼ੇਦਾ ਮੌਸਮ 17 18 19 ਤੇ ਟੈਂਪਰੇਚਰ ਦੇ ਜੂ ਅਸੀਂ ਘਰ ਵੜੇ ਆ ਨਾ ਤੇ ਆਉਂਦਿਆਂ ਸਾਥ ਹੀ ਇਹਨਾਂ ਸਨੋ ਹੋਣੀ ਸ਼ੁਰੂ ਹੋ ਗਈ ਜੱਜੀ ਐਨੀ ਤੇਜ਼ ਸਨੋ ਸ਼ੁਰੂ ਹੋ ਗਈ ਜਿੱਡਾ ਕੋਈ ਹਿਸਾਬ ਨਹੀਂ ਫਿਰ ਮੈਂ ਆਪਣੇ ਹਸਬੰਦਾ ਜੀ ਜਾਉ ਦੁੱਧ ਲੈਵੋ ਉਹਨਾਂ ਘਰ ਜੜਿਆ ਨਾ ਚੀਜ਼ਾਂ ਸ਼ਾਇਦਾਂ ਤਾਂ ਕੋਈ ਨਹੀਂ ਆ ਫਿਰ ਵੀ ਮਤਲਬ ਦੁੱਧ ਸ਼ੂਤ ਤੇ ਅੰਡੇ ਸ਼ੰਡੇ ਜੀਆਂ ਜੋ ਜ਼ਰੂਰਤ ਦੀਆਂ ਚੀਜ਼ਾਂ ਆ ਉਹ ਲੈ ਆਂਦ ਰੁਗੇ ਤੇ ਆਂਦੇ ਨੇ ਉਹ ਮਤਲਬ ਦੁੱਧ ਲੈ ਕੇ ਆਏ ਤੇ ਫਿਰ ਮੈਂ ਵੀ ਚਲੋ ਮੈਂ ਤੁਹਾਨੂੰ ਨਹੀਂ ਜਨਾਹ ਵਖਾਨੀ ਆ ਜੀ ਇਹ ਦੇਖ ਲਓ ਪਹਿਲੇ ਤੇ ਉਹ ਦਾਣੇ ਜਿਹੜੇ ਹੁੰਦੇ ਜਿੰਨੂੰ ਆਹਦੇ ਨੇ ਇਹ ਐਨ ਪੈਨ ਲੱਭੀ ਐ ਐਨ ਆਰ ਦਾ ਜਿਹੜਾ ਨੇ ਸਿਸਟਮ ਸ਼ੁਰੂ ਹੋਇਆ ਪਹਿਲੇ ਐਨ ਆਰ ਦਾ ਹੋਇਆ ਤੇ ਮੇਰੇ ਹਸਬੰਦ ਆਏ ਨੇ ਤੋਂ ਮਨੂੰ ਦਸਤੇ 'ਤੇ ਵੀ ਬਹੁਤ ਤੇਜ਼ ਮਤਲਬ ਸਨੋ ਸਨੋ ਦਾ ਤੂਫਾਨ ਜੇ ਇਹ ਆ ਬੜੀ ਮੁਸ਼ਕਲ ਨਾਲ ਆਉਂਦੇ ਨੇ ਗੱਡੀ ਚਲਾ ਕੇ ਘਰ ਆਏ ਆ ਤੇ ਇਹ ਵੇਖ ਲੋ ਚਾਹ ਬਣਾਈਏ ਚਾਹ ਸ਼ਾਹ ਪੀਤੀਏ ਕੁਝ ਸਿਰ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਿਰ ਜੜਾ ਨੂੰ ਬੜਾ ਥੱਕਿਆ ਆ ਸਾਰਾ ਮਤਲਬ ਦਿਨ ਸਫਰ ਜੀ ਗੁਜ਼ਰ ਗਿਆ ਘੌਰਮ ਦੇ ਹੁੰਦੇ ਵੀ ਸਾਡੂ ਇੱਕ ਮਤਲਬ 2 ਵਜੇ ਕੀ ਤੇ ਬਸ ਜੀ ਐਂ ਜੇ ਦਿਨ ਗੁਜ਼ਰਿਆ ਤੇ ਉਮੀਦ ਕਰਨੀ ਹੈ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਜੇ ਪਸੰਦ ਆਇਆ ਤੇ ਲਾਈਕ ਤੇ ਸ਼ੇਅਰ ਕਰੋ ਅਗੇ ਮਤਲਬ ਸਬਸਕ੍ਰਾਈਬ ਵੀ ਕਰੋ ਤੇ ਇਹ ਵੇਖ ਲੋ ਜੂਨ ਸਨੋ ਹਰ ਤਰਫ ਹੋਣ ਲੱਗੀ ਜੇ ਉਨਗੂਗੂ ਇਹੀ ਕੰਮ ਹੋਣੇ ਨੇ ਤੇ ਤੁਹਾਨੂੰ ਇਹੀ ਵਹਾਨੇ ਨੇ ਤੇ ਵੇਹੀ ਆਵਿਆ ਕਰੋ ਤੇ ਦਵਾਵਾਂ ਦੇਈਆ ਵਿਆ ਕਰੋ ਤੇ ਸਹੀ ਹੈ ਜੀ ਅੱਲਾ ਦੇ ਵਾਲੇ ਆਪਣਾ ਬਹੁਤ ਧਿਆਨ ਰੱਖੋ ਮਿਲਾਂ ਦੀ ਤੁਹਾਨੂੰ ਅਗਲੀ ਵੀਡੀਓ ਚੁਦਾ ਹਫੀਜ਼